ਜੀ ਬੇਟਾ ਜੀ ਬਹੁਤ ਬਹੁ ਮੁਬਾਰਕਾਂ ਜਿੱਤ ਗਏ ਤੁਸੀਂ ਸਰਪੰਚ ਬਣ ਗਿਆ ਮੇਰਾ ਪੁੱਤ ਹੋਰ ਪਤਵਾਰਕਾਂ ਤੁਹਾਨੂੰ ਬਹੁਤ ਵਧੀਆ ਲੀਡ ਨਾਲ ਤੁਸੀਂ ਜਿੱਤੇ ਹੋ ਤੇ ਨਵੀਂ ਉਮਰ ਦੇ ਵਿੱਚ ਸਰਪੰਚ ਬਣੇ ਮੈਂ ਰੋਟੀਆਂ ਪਕਾਉਣ ਤੱਕ ਸੀਮਤ ਨਹੀਂ ਹੈਗੀਆਂ ਕੁੜੀਆਂ ਸਰਪੰਚੀ ਛੱਡੋ ਐਮਐਲਏ ਛੱਡੋ ਸੀਐਮ ਤੱਕ ਵੀ ਲੜ ਸਕਦੀਆਂ ਨੇਗੀਆਂ ਬਸ ਜज्ਵਾ ਹੋਣਾ ਚਾਹੀਦਾ ਹੈਗਾ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੀ ਸਮਝਿਆ ਮੇਰੇ ਨਾਲ ਇਹ ਸੀਗਾ ਮੇਰਾ ਇਹ ਸੀ ਵੀ ਮੈਂ ਹਰ ਇੱਕ ਨੂੰ ਘਰ-ਘਰ ਜਾ ਕੇ ਜੋ ਸਰਕਾਰ ਵੱਲੋਂ ਫੈਸਿਲਿਟੀਆਂ ਮਿਲਦੀਆਂ ਨੇ ਘਰ-ਘਰ ਜਾ ਕੇ ਲਾਭ ਪ੍ਰਾਪਤ ਕਰਵਾਵਾ ਛੋਟਾ ਜਿਹਾ ਪਿੰਡਾ ਉਹਦਾ ਇੱਕ ਵਧੀਆ ਨਾਂ ਰੌਸ਼ਨ ਕਰਾਂ ਹਨਾ ਜੋ ਸਾਡੇ ਪਿੰਡ ਦਾ ਵੀ ਦੂਰ-ਦੂਰ ਤੱਕ ਨਾਮ ਉਚਾਰ ਵੀ ਕਰਦੀ ਸੀ ਵਿੱਚ ਜੋ ਕੋਈ ਕਹਿ ਵੀ ਦਿੰਦਾ ਸੀ ਵੀ ਇੰਨੀ ਛੋਟੀ ਤਾਂ ਉਹਨਾਂ ਤੋਂ ਲੋਕ ਬਹੁਤ ਇਨਸਪਾਇਰ ਨੇਗੇ ਹਨਾ ਕਹ ਕੀ ਵੀ ਉਹਨਾਂ ਨੇ ਵੀ ਦੇਖੋ ਐਮਐਲਏ ਤੱਕ ਦੀ ਸੀਟ ਤੇ ਬੈਠੇ ਨੇ ਹਨਾ ਬਾਕੀ ਉਹਨਾਂ ਤੋਂ ਮੋਟੀਵੇਸ਼ਨ ਬਹੁਤ ਮਿਲੀ ਆ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਤੂੰ ਇਲੈਕਸ਼ਨ ਲੜ ਹਨਾ ਮੇਰੇ ਪਿੰਡ ਨੇ ਦੇਖੋ ਮੈਨੂੰ ਸਰਪੰਚ ਨਹੀਂ ਬਣਾ ਕੇ ਹਨਾ ਮੈਨੂੰ ਇੱਕ ਵੋਟ ਵੱਡੀ ਲੀਡ ਤੇ ਜਿਤਾ ਕੇ ਹੋਰ ਪਿੰਡਾਂ ਦੀਆਂ ਕੁੜੀਆਂ ਦੇ ਵੀ ਸੁਪਨੇ ਬਹੁਤ ਕਾਇਮ ਕਰ ਦਿੱਤੇ ਵਿੱਚ ਵੀ ਉਹ ਫਰਕ ਨਹੀਂ ਰਿਹਾ ਇਹਨਾਂ ਨੇ ਇੱਕ ਇਹ ਪਲੇਖਾ ਕੱਢਦਾ ਕਿ ਪਿੰਡਾਂ ਦੇ ਵਿੱਚ ਵੀ ਹੁਣ ਕੁੜੀਆਂ ਅੱਗੇ ਜਾਣਗੀਆਂ ਇਹ ਨਹੀਂ ਹੈਗਾ ਕੱਲੇ ਸ਼ਹਿਰਾਂ 'ਚ ਜਾਣਗੀਆਂ ਸਾਡੇ ਪਿੰਡ ਨੇ ਇਹ ਪਲੇਖਾ ਕੱਢਿਆ ਵੀ ਕੁੜੀਆਂ ਵੀ ਪਿੰਡਾਂ ਦੇ ਵਿੱਚ ਅੱਗੇ ਜਾਣਗੀਆਂ ਵੀ ਘਰਾਂ ਦੇ ਵਿੱਚ ਨੇ ਜਿੱਥੇ ਕਿਹਾ ਜਾਂਦਾ ਕਿ ਪੰਜਾਬ ਦੀਆਂ ਸਾਲ ਇੱਕ ਜ਼ਿਲ੍ਹਾ ਸੰਗਰੂਰ ਦੇ ਹਰਕਿਸ਼ਨਪੁਰਾ ਦੀ ਧੀ ਨੇ ਜਿਹੜੀ ਕਾਇਮ ਕੀਤੀ ਆ ਤਾਂ ਜਾਣਕਾਰੀ ਦੇ ਦिए ਕਿ ਹਰਕਿਸ਼ਨਪੁਰਾ ਦੀ ਧੀ ਨੇ 21 ਸਾਲ ਦੀ ਉਮਰ ਦੇ ਵਿੱਚ ਜਿਹੜੀ ਪਿੰਡ ਦੀ ਸਰਪੰਚੀ ਆ ਤਾਂ ਜਿੱਤੀ ਹੈ ਜਿੱਤੀ ਤਾਂ ਹੈ ਪਰ ਵੱਡੀ ਲੀਡ ਦੇ ਨਾਲ ਜਿਹੜੀ ਸਰਪੰਚੀ ਜਿੱਤੀ ਹੈ ਤਾਂ ਮੈਂ ਤਸਵੀਰ ਦਿਖਾ ਦੇਣਾ ਤਾਂ ਮੁਬਾਰਕਾ ਦੇਣ ਵਾਲਿਆਂ ਦਾ ਵੀ ਜਿਹੜਾ ਤੰਤ ਲੱਗਿਆ ਪਿਆ ਸਵੇਰ ਤੋਂ ਤਾਂ ਨਵਨੀਤ ਕੌਰ ਮੇਰੇ ਨਾਲ ਮੌਜੂਦ ਨੇ ਨਵਨੀਤੀ ਬਹੁਤ-ਬਹੁਤ ਮੁਬਾਰਕਾ ਸਰਪੰਚ ਸਾਹਿਬ ਕਹਿਦੀ ਹੈ ਇਸਨੂੰ ਕਿਉਂਕਿ ਆ ਤਾਂ ਸਰਪੰਚ ਜਿਹੜੇ ਬਣ ਗਏ ਹਾਂਜੀ ਥੈਂਕ ਯੂ ਸੋ ਮੱਚ ਤੇ ਸਭ ਤੋਂ ਵੱਡੀ ਗੱਲ ਤਾਂ ਪਿੰਡ ਦੇ ਸਹਿਯੋਗ ਨਾਲ ਹੀ ਹੁੰਦੀ ਹੈਗੀ ਪਿੰਡ ਨੇ ਮੈਨੂੰ ਇੰਨੀ ਵਧੀਆ ਹਨਾ ਮਤਲਬ ਕਿ ਲੀਡ ਨਾਲ ਜਤਾਇਆਗਾ ਤਾਂ ਉਹਨਾਂ ਦਾ ਸਭ ਤੋਂ ਵੱਡਾ ਨਾਲ ਹਿੱਸਾ ਸੀਗਾ ਹਨਾ ਨਵਨੀ ਜੀ ਸਰਪੰਚ ਬਣ ਕੇ ਵਿਜ਼ਨ ਕੀ ਰੂਗਾ ਪਹਿਲ ਦੇ ਆਧਾਰ ਤੇ ਕਿਹੜੇ-ਕਿਹੜੇ ਕੰਮਾਂ ਦੀ ਜਿਹੜੀ ਸ਼ੁਰੂਆਤ ਸਭ ਤੋਂ ਪਹਿਲਾਂ ਤਾਂ ਸਿੱਖਿਆ ਦਾ ਮੈਂ ਉਹ ਕਰੂੰਗੀ ਸਾਡੇ ਸਕੂਲ ਦੇ ਮਤਲਬ ਕਿ ਸਮਾਰਟ ਸਕੂਲ ਬਣਾਉਂਗੀ ਹਨਾ ਤੇ ਨਾਲ-ਨਾਲ ਉਹ ਵੀ ਜਿਵੇਂ ਲਾਇਬ੍ਰੇਰੀ ਹੋਗੀ ਖੇਡ ਗਰਾਊਂਡ ਦੇ ਵੱਲ ਵੀ ਜਾਵਾਂਗੇ ਹਨਾ ਸਾਰਿਆਂ ਵੱਲ ਉਹ ਕਰਾਂਗੇ ਸਹੀ ਹੈ ਤਾਂ ਤਸਵੀਰ ਦੇਖ ਸਕਦਾ ਤਾਂ ਜਿਹੜਾ ਵਧਾਈ ਦਾ ਤੰਤਾ ਜਿਹੜਾ ਲੋਕਾਂ ਦਾ ਲੱਗਿਆ ਪਿਆ ਤਾਂ ਬਾਈ ਜੀ ਕਿੰਨੀ ਖੁਸ਼ੀ ਹੋ ਜਦ ਪਤਾ ਲੱਗਿਆ ਤੀ ਬਾਈ ਜੀ ਮੇਰੀ ਧੀ ਮੈਂ ਕਹਿੰਦਾ ਵੀ ਮੇਤੋਂ ਖੁਸ਼ੀ ਚੱਕੀ ਨਹੀਂ ਜੀ ਗਈ ਹੈਗੀ ਪੀ ਸਾਨੂੰ ਇੰਨਾ ਮਾਣ ਹੈ ਸਾਨੂੰ ਸਾਡੇ ਇਕੱਲੇ ਪਿੰਡ ਤੇ ਨਹੀਂ ਸਾਨੂੰ ਸਾਰੇ ਨਗਰ ਇਲਾਕੇ ਤੇ ਮਾਣ ਹੈ ਬਾਕੀ ਅਸੀਂ ਨਗਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਧੀ ਨੂੰ ਇੰਨਾ ਮਾਣ ਬਖਸ਼ਿਆ ਤਾਂ ਜਿਹੜੀ ਖੁਸ਼ੀ ਆ ਤਾਂ ਉਹ ਵੀ ਨਜ਼ਰ ਆਉਂਦੀ ਹੈ ਨਵਨੀਤ ਜੀ ਸਰਪੰਚੀ ਦਾ ਕਿਵੇਂ ਵਿਜ਼ਨ ਆਇਆ ਵੀ ਜਿਹੜਾ ਸਰਪੰਚੀ ਦੀ ਚੋਣ ਲੱਗੀ ਸ ਮਤਲਬ ਕਿ ਪਪਾ ਦਾ ਸੁਪਨਾ ਸੀਗਾ ਪਹਿਲਾਂ ਮੰਮਾ ਨੂੰ ਚੋਣ ਲੜਾਉਣ ਦਾ ਹਨਾ ਮੇਰੇ ਮਾਪਿਓ ਦੋਨਾਂ ਦਾ ਤਾਂ ਚਲੋ ਉਹ ਸੁਪਨਾ ਮੈਨੇ ਪੂਰਾ ਕੀਤਾ ਕਿ ਮੈਂ ਆ ਆਪਣੇ ਮਾਪੇ ਦਾ ਸੁਪਨਾ ਪੂਰਾ ਕਰਾਂ ਚੋਣ ਲੜ ਕੇ ਹਨਾ ਤਾਂ ਜੋ ਉਹਨਾਂ ਦੇ ਸੁਪਨੇ ਨੇ ਪੂਰੇ ਕਰਾਂ ਬਾਕੀ ਪਿੰਡ ਵਾਲਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਇਹਦੇ ਵਿੱਚ ਜਦ ਵੀ ਮੈਂ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਮੈਨੂੰ ਬਹੁਤ ਹੌਸਲਾ ਦਿੱਤਾ ਮੈਨੂੰ ਕੀ ਮਦਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹੈਗੀ ਵੀ ਸਾਰਿਆਂ ਨੇ ਬਹੁਤ ਮੈਨੂੰ ਹੌਸਲਾ ਦਿੱਤਾ ਕਿ ਵੀ ਅਸੀਂ ਤੇਰੇ ਨਾਲ ਆ ਵਸਤੂ ਖੜੀ ਹੋ ਵੀ ਜਿਧਾਵਾਂਗੇ ਜਿਵੇਂ ਨਵਨੀ ਜੀ ਅਸੀਂ ਦੇਖਦੇ ਹਾਂ ਅੱਜ ਕੱਲ ਕੁੜੀਆਂ ਨੂੰ ਬਹੁਤ ਘਰ ਤੱਕ ਰੱਖਿਆ ਜਾਂਦਾ ਵੀ ਨਹੀਂ ਵੀ ਇਹ ਤਾਂ ਜੀ ਇਹਦਾ ਵਿਆਹ ਕਰਾਂਗੇ ਅਸੀਂ ਵੱਡੀ ਹੋ ਜਾਣ ਦੋ ਠੀਕ ਹੈ ਪੜਾਈ ਜਿੰਨੀ ਕੁ ਕਰਨੀਆਂ ਕਰ ਲੈ ਪਰ ਥੋੜ ਹਰ ਵੱਡੋ ਕਿਨਕਸ ਪੁੱਛੀ ਸੀ ਬਹੁਤ ਜ਼ਿਆਦੇ ਮਤਲਬ ਪਹਿਲਾ ਮम्मा ਦੀ ਵੀ ਬਹੁਤ ਜ਼ਿਆਦੇ سپورਟ ਰਹੀ ਆ ਫਾਦਰ ਸਾਹਿਬ ਦੀ ਤਾਂ ਸ਼ੁਰੂ ਤੋਂ ਹੀ ਮਤਲਬ ਕਿ ਮੇਰਾ ਇੱਕ ਵੱਡਾ ਬ੍ਰਦਰ ਆ ਦੋਨਾਂ ਨੂੰ ਇਕੱਠੇ ਵੀ ਇੱਕ ਤਰ੍ਹਾਂ ਨਾਲ ਟ੍ਰੀਟ ਕੀਤਾ ਗਿਆ ਕਦੇ ਵੀ ਮੁੰਡੇ ਕੁੜੀ ਚ ਫਰਕ ਨਹੀਂ ਰੱਖਿਆ ਗਿਆ ਹਨਾ ਮੈਨੂੰ ਮੁੰਡਿਆਂ ਵਾਂਗੂ ਹੀ ਉਹ ਕਰਿਆ ਗਿਆ ਤੇ ਦੂਜੀ ਗੱਲ ਕੀ ਮੈਨੂੰ ਐਵੇਂ ਸੀਗਾ ਵੀ ਚਲੋ ਆਪਾਂ ਇਹ ਰਲਕੇ ਸਾਰਾ ਹਨਾ ਪਿੰਡ ਦਾ ਜਿਵੇਂ ਮੇਰਾ ਇੱਕ ਪਿੰਡ ਨਹੀਂ ਕਹਿ ਸਕਦੇ ਮੈਂ ਇੱਕ ਪਰਿਵਾਰ ਕਹੂੰਗੀ ਹਨਾ ਵੀ ਪਰਿਵਾਰ ਦਾ ਇੱਕ ਮੇਰਾ ਪਿੰਡ ਮੇਰੇ ਹੀ ਪਰਿਵਾਰ ਦੇ ਵਾਂਗ ਆ ਮੈਂ ਉਹਨਾਂ ਦਾ ਵਿਕਾਸ ਕਰਾਂ ਪਿੰਡ ਦੇ ਵਿੱਚ ਹਨਾ ਤੇ ਨਾਲ ਹੀ ਆਪਦਾ ਕੀ ਕਹਿੰਦੇ ਹੁੰਦੇ ਨੇ ਮਾਵਾਪਾ ਦਾ ਸੁਪਨਾ ਪੂਰਾ ਕਰਾਂ ਤੇ ਅਸੀਂ ਤਸਵੀਰ ਵੀ ਦੇਖੀ ਹੈ ਕੁੜੀ ਟਰੈਕਟਰ ਵੀ ਚਲਾ ਲੈਂਦੀ ਆ ਗੱਡੀ ਵੀ ਚਲਾ ਲੈਂਦੀ ਆ ਘਰ ਦੇ ਕੰਮ ਤਾਂ ਚਲੋ ਕਰ ਹੀ ਲੈਂਦੀ ਆ ਹਾਂਜੀ ਹਾਂ ਅੱਜ ਕੱਲ ਕੁੜੀਆਂ ਨੂੰ ਕੀ ਆਪਾਂ ਸਿਰਫ ਰੋਟੀਆਂ ਤੱਕ ਸੀਮਿਤ ਨਹੀਂ ਰਹਿ ਗਈਆਂ ਕੁੜੀਆਂ ਬਹੁਤ ਦੂਰ ਦੂਰ ਤੱਕ ਖੇਡਾਂ ਦੇ ਵਿੱਚ ਸਿੱਖਿਆ ਦੇ ਵਿੱਚ ਬਾਹਰ ਜਾਣ ਦੇ ਵਿੱਚ ਸਾਰੇ ਕਿਤੇ ਬਹੁਤ ਜ਼ਿਆਦੇ ਹਨਾ ਵਧੀਆ ਉਹ ਕਰ ਰਹੀਆਂ ਨੇ ਤਾਂ ਕਰਕੇ ਮੈਨੂੰ ਇਹ ਲੱਗਦਾ ਕਿ ਕੁੜੀਆਂ ਨੂੰ ਆਪਾਂ ਨੂੰ ਉਹ ਨਹੀਂ ਕਰਨਾ ਚਾਹੀਦਾ ਹਨਾ ਤੇ ਜੋ ਲੇਡੀਜ਼ ਨੇ ਜਿਵੇਂ ਆਪ ਜਨਸਪੰਸ ਖੜੇ ਹੋ ਜਾਂਦੇ ਨੇ ਹਨਾ ਵੀ ਲੇਡੀਜ਼ ਖੁੱਲਕੇ ਨਹੀਂ ਆਪ ਆਉਂਦੀਆਂ ਉਹਨਾਂ ਨੂੰ ਖੁੱਲਕੇ ਆਪਣੀ ਤਕਲੀਫ ਦੱਸ ਨਹੀਂ ਸਕਦੀਆਂ ਕੁੜੀਆਂ ਵੀ ਲਾ ਲਓ ਲੇਡੀਜ਼ ਵੀ ਲਾ ਲਓ ਹਨਾ ਬਜ਼ੁਰਗ ਵੀ ਲਾ ਲਓ ਤਾਂ ਮ ਘਰ ਘਰ ਜਾ ਕੇ ਜੋ ਸਰਕਾਰ ਵੱਲੋਂ ਫੈਸਿਲਿਟੀਆਂ ਮਿਲਦੀਆਂ ਨੇ ਘਰ ਘਰ ਜਾ ਕੇ ਲਾਭ ਪ੍ਰਾਪਤ ਕਰਵਾਵਾ ਛੋਟਾ ਜਿਹਾ ਪਿੰਡ ਆ ਉਹਦਾ ਇੱਕ ਵਧੀਆ ਨਾਂ ਰੌਸ਼ਨ ਕਰਾ ਹਨਾ ਜੋ ਸਾਡੇ ਪਿੰਡ ਦਾ ਵੀ ਦੂਰ ਦੂਰ ਤੱਕ ਨਾਂ ਹੋਵੇ ਹਨਾ ਜੀ ਪਿਤਾ ਜੀ ਮਜੂਰ ਨੇ ਕਿਵੇਂ ਦੇਖਦੇ ਹੋ ਅੱਜ ਕੱਲ ਕੁੜੀਆਂ ਨੂੰ ਬਹੁਤ ਘੱਟ ਬਾਹਰ ਕੱਢਿਆ ਜਾਂਦਾ ਪਰ ਤੁਸੀਂ ਕੁੜੀ ਨੂੰ ਐਡਾ ਹੌਸਲਾ ਦਿੱਤਾ ਕਿ ਅੱਜ ਸਰਪੰਚ ਜੀ ਨਹੀਂ ਕੁੜੀ ਨਹੀਂ ਆਪਾਂ ਲਈ ਸ਼ੁਰੂ ਤੋਂ ਮੁੰਡੇ ਹੀ ਸਮਝਦੇ ਆਂ ਆਪਾਂ ਨੇ ਫਰਕ ਨਹੀਂ ਰੱਖਿਆ ਹੈਗਾ ਸਾਰੀਆਂ ਕੁੜੀਆਂ ਨੇ ਮੁੰਡੇ ਵਾਂਗੂ ਆਪਾਂ ਉਹ ਕਰਦੇ ਆਂ ਮੁੰਡੇ ਵਾਂਗੂ ਹੀ ਰੱਖਦੇ ਆ ਇਹਨੂੰ ਸਰਪੰਚੀ ਦਾ ਕਿਵੇਂ ਜਾਂਚਾਇਆ ਵੀ ਜਿਹੜਾ ਲੜਕੀ ਨੂੰ ਸਰਪੰਚ ਸਰ ਫਿਰ ਕੀ ਕਹਿੰਦੇ ਉਹਨਾਂ ਦੀ ਡੈਥ ਹੋ ਗਈ ਫਿਰ ਪਿੰਡ ਵਾਲਿਆਂ ਨਾਲ ਸੜਾ ਘਰੀ ਫਿਰ ਗੁੜੀਆਂ ਨੂੰ ਲੜਾਇਆ ਤਾਂ ਜਿਵੇਂ ਪਹਿਲਾਂ ਤੁਸੀਂ ਵੀ ਪਿੰਡ 'ਚ ਰਹਿੰਦੇ ਸੀ ਤਾਂ ਸੁਪਨਾ ਸੀ ਵੀ ਜਿਹੜਾ ਪਿੰਡ ਦਾ ਵਿਕਾਸ ਹਾਂ 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 ਹੈਗਾ ਸੀ ਸੁਪਨਾ ਵੀ ਆਪਾਂ ਪਿੰਡ ਦਾ ਕੀ ਕਹਿੰਦੇ ਨੇ ਉਹ ਕਰਾਂਗੇ ਸੇਵਾ ਕਰਾਂਗੇ ਪਿੰਡ ਦੀ ਚਲੋ ਉਹਨਾਂ ਦੀ ਡੈਥ ਹੋ ਗਈ ਫਿਰ ਗੁੜੀਆਂ ਨੂੰ ਕਿਹਾ ਮੈਂ ਇਹਨੇ ਬਾਹਰ ਜਾਣ ਦੇ ਕਿਹਾ ਨਹੀਂ ਫਿਰ ਪਿਉਰੇ ਸੇਵਾ ਕਰ ਤਾ ਸੇਵਾ ਲਈ ਇਹਨਾਂ ਹੋਇਆ ਵੀ ਬਾਹਰ ਜਾਣਾ ਵੀ ਛੱਡਤਾ ਹਾਂਜੀ ਹਾਂ ਚਲੋ ਆਪਾਂ ਇਹਨਾਂ ਦੇ ਜੋ ਇਹਨਾਂ ਨੇ ਵਿਸ਼ਵਾਸ ਕੀਤਾ ਤਾਂ ਇਹਨਾਂ ਦੇ ਵਿਸ਼ਵਾਸ ਤੇ ਕਾਇਮ ਰਹੀਏ ਨਾ ਜਿਹੜੇ ਹੁਣ ਇਹਨਾਂ ਨੇ ਮੈਨੂੰ ਕੰਮ ਦੱਸੇ ਜਦੋਂ ਮੈਂ ਚੋਣ ਪ੍ਰਚਾਰ ਕਰ ਰਹੀ ਸੀ ਜਿਵੇਂ ਪੈਨਸ਼ਨਾਂ ਹੋ ਗਈਆਂ ਹਨਾ ਰੋਜ਼ਗਾਰ ਬੇਰੋਜ਼ਗਾਰ ਜਿਹੜੇ ਬੈਠੇ ਨੇਗੇ ਜਵਾਕ ਜਾਂ ਫਿਰ ਜਿਹੜੇ ਖੇਡਾਂ ਦੇ ਵਿੱਚ ਦਿਲ ਚੱਪਸੀ ਰੱਖਦੇ ਨੇ ਸਾਡੇ ਪਲੇਗਰਾਉਂਡ ਵੀ ਨਹੀਂ ਹੈਗਾ ਹਨਾ ਬੱਚੇ ਬਾਹਰ ਖੇਡਣ ਚਾਹੁੰਦੇ ਨੇ ਤਾਂ ਮੈਨੂੰ ਸੀਗਾ ਵੀ ਚਲੋ ਆਪਾਂ ਮੈਦਾਨ ਚ ਉੱਤਰ ਕੇ ਉਹਨਾਂ ਦੇ ਹਨਾ ਉਹ ਕਰੀਏ ਪੂਰੇ ਕਰੀਏ ਸੁਪਨੇ ਤਸਵੀਰ ਵੀ ਦੇਖ ਰਹੀ ਸੀ ਸਰਪੰਚੀ ਬਣਨ ਤੋਂ ਬਹੁਤ ਘੱਟ ਉਮਰ ਹੈ ਨਰਿੰਦਰ ਭਰਾ ਦੀ ਦਾ ਬਹੁਤ ਛੋਟੀ ਉਮਰ ਦੇ ਜਿਹੜੇ ਐਮ ਐਲ ਏ ਵੀ ਨੇ ਤਾਂ ਉਹਨਾਂ ਤੋਂ ਇਨਸਪਾਇਰ ਹੋ ਕੇ ਲੱਗਦਾ ਵੀ ਤੁਸੀਂ ਵੀ ਸਭ ਤੋਂ ਘੱਟ ਉਮਰ ਦੇ ਜਿਹੜੇ ਸਰਪੰਚ ਜੀ ਹਾਂਜੀ ਉਹਨਾਂ ਤੋਂ ਤਾਂ ਮੈਂ ਸਭ ਤੋਂ ਵੱਧ ਇਨਸਪਾਇਰ ਆਂਗੀ ਹਨਾ ਜਦੋਂ ਮੈਂ ਚੋਣ ਪ੍ਰਚਾਰ ਵੀ ਕਰਦੀ ਸੀ ਵਿੱਚ ਜੇ ਕੋਈ ਕਹਿ ਵੀ ਦਿੰਦਾ ਸੀ ਵੀ ਇੰਨੀ ਛੋਟੀ ਤਾਂ ਉਹਨਾਂ ਤੋਂ ਲੋਕ ਬਹੁਤ ਇਨਸਪਾਇਰ ਨੇਗੇ ਹਨਾ ਕਹਿੰਦੇ ਨੇ ਕਿ ਵੀ ਉਹਨਾਂ ਨੇ ਵੀ ਦੇਖੋ ਐਮ ਐਲ ਏ ਤੱਕ ਦੀ ਸੀਟ ਤੇ ਬੈਠੇ ਨੇ ਹਨਾ ਬਾਕੀ ਉਹਨਾਂ ਤੋਂ ਮੋਟੀਵੇਸ਼ਨ ਬਹੁਤ ਮਿਲੀ ਆ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਤੂੰ ਇਲੈਕਸ਼ਨ ਲੜ ਹਨਾ ਜੀ ਜਿਵੇਂ ਪਾਪਾ ਨੇ ਕਹਿਆ ਕਹਿੰਦੇ ਮੇਰੀ ਕੁੜੀ ਨਹੀਂ ਐ ਮੇਰਾ ਮੁੰਡਾ ਹੈ ਹਾਂਜੀ ਹਾਂ ਬਸ ਇਹਨਾਂ ਨੇ ਸ਼ੁਰੂ ਤੋਂ ਮੈਨੂੰ ਬ ਵੀ ਆਪਣੇ ਮਾਪੇ ਨਾਲ ਖੁੱਲਕੇ ਗੱਲ ਕਰੋ ਉਹਨਾਂ ਨੂੰ ਖੁੱਲਕੇ ਦੱਸੋ ਵੀ ਕੀ ਸੁਪਨੇ ਨੇ ਹਨਾ ਮਾਪੇ ਪਾਪਾ ਨੂੰ ਵੀ ਇਹੀ ਇੱਕ ਮੈਂ ਕਹਿਣਾ ਚਾਹੂੰਗੀ ਵੀ ਆਪਦੇ ਜਵਾਂਖਾਂ ਦੇ ਸੁਪਨੇਆਂ ਨੂੰ ਪੁੱਛਣ ਵੀ ਤੈਨੂੰ ਕੀ ਬੰਨਣਾ ਤੈਨੇ ਉਹਨਾਂ ਨੂੰ ਦਵਾ ਨਾ ਪਾਉਣ ਵੀ ਤੂੰ ਇਸ ਲਾਈਨ 'ਚ ਜਾ ਉਹਨਾਂ ਨੂੰ ਪੁੱਛਣ ਕਿ ਉਹਨਾਂ ਦਾ ਕੀ ਦਿਲ ਕਰਦਾ ਹਨਾ ਮੇਰੇ ਸਾਹਮਣੇ ਵੀ ਕੁੜੀਆਂ ਨੂੰ ਜ਼ਿਆਦਾਤਰ ਪਹਿਲ ਦੇਣੀ ਚਾਹੀਦੀ ਹੈ ਉਹਨਾਂ ਦੇ ਵੀ ਬਹੁਤ ਸੁਪਨੇ ਨੇ ਹਨਾ ਕੁੜੀਆਂ ਨੂੰ ਲੋਕਾਂ 'ਚ ਸਮ ਦਿੰਦੇ ਤਾਂ ਅਸੀਂ ਕਹਿ ਸਕਦਾ ਕੁੜੀਆਂ ਕਿਸੇ ਤੋਂ ਕੱਟ ਨਹੀਂ ਨਹੀਂ ਬਿਲਕੁਲ ਕੱਟਣੀ ਹੈਗੀ ਵੈਸੇ ਅੱਜਕੱਲ੍ਹ ਤਾਂ ਕੁੜੀਆਂ ਨੂੰ ਬਹੁਤ ਪਹਿਲ ਦਿੱਤੀ ਜਾ ਰਹੀ ਹੈਗੀ ਪਰ ਕੁਛ ਕੁੜੀਆਂ ਹੈਗੀਆਂ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਹਜੇ ਵਿਚਾਰੀਆਂ ਨੂੰ ਉਹਨਾਂ ਦੇ ਸੁਪਨੇ ਦਵਾ ਕੇ ਰੱਖੇ ਜਾ ਰਹੇ ਨੇ। ਜਿਵੇਂ ਉਹਦੇ ਉਹਨੇ ਵੀ ਪਿੰਡਾਂ ਦੇ ਵਿੱਚ ਬਹੁਤ ਕੁੜੀਆਂ ਘਰ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ ਵੀ ਘਰ ਦੇ ਚੂਲੇ ਚੌਕੇ ਤੱਕ ਤਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਜਰੂਰ ਤੁਸੀਂ ਜਿਹੜਾ ਇਨਸਪਾਇਰ ਕਰੋਗੇ ਵੀ ਤੁਸੀਂ ਅੱਗੇ ਵਧੋ। ਹਾਂਜੀ ਕੁਛ ਮੇਰੇ ਪਿੰਡ ਨੇ ਦੇਖੋ ਮੈਨੂੰ ਸਰਪੰਚ ਨਹੀਂ ਬਣਾ ਕੇ ਹਨਾ ਮੈਨੂੰ ਇੱਕ ਵੋਟ ਵੱਡੀ ਲੀਡ ਤੇ ਜਿਤਾ ਕੇ ਹੋਰ ਪਿੰਡਾਂ ਦੀਆਂ ਕੁੜੀਆਂ ਦੇ ਵੀ ਸੁਪਨੇ ਬਹੁਤ ਕਾਇਮ ਕਰ ਦਿੱਤੇ ਨੇ। ਕਿ ਪਿੰਡਾਂ ਦੇ ਵਿੱਚ ਵੀ ਉਹ ਫਰਕ ਨਹੀਂ ਰਿਹਾ ਇਹਨਾਂ ਨੇ ਇੱਕ ਇਹ ਪਲੇਖਾ ਕੱਢਤਾ ਕਿ ਪਿੰਡਾਂ ਦੇ ਵਿੱਚ ਵੀ ਹੁਣ ਕੁੜੀਆਂ ਅੱਗੇ ਜਾਣਗੀਆਂ। ਗੀਆਂ 20 ਪਿੰਡਾਂ ਦੇ ਵਿੱਚ ਅੱਗੇ ਜਾਣਗੀਆਂ ਵੀ ਘਰਾਂ ਦੇ ਵਿੱਚ ਨੀਂ ਮੈਂ ਪਹਿਲੀ ਕਿਹੜੀ ਸ਼ੁਰੂਆਤ ਕਰੂੰਗੀ ਕੁੜੀਆਂ ਦੀ ਵੀ ਸਭ ਤੋਂ ਵੱਡੀ ਤਾਂ ਮੈਂ ਉਹਨਾਂ ਨੂੰ ਨਾਲ ਲੈ ਕੇ ਤੁਰੂੰਗੀ ਉਹਨਾਂ ਦੇ ਸੁਪਨਿਆਂ ਬਾਰੇ ਜਾਂ ਫਿਰ ਉਹਨਾਂ ਨੂੰ ਵੀ ਮਤਲਬ ਕਿ ਉਹਨਾਂ ਨੂੰ ਘਰਾਂ ਚੋਂ ਕੱਢ ਕੇ ਬਾਹਰ ਲੈ ਕੇ ਆਉਂਗੀ ਹਨਾ ਹਾਂਜੀ ਹਾਂ ਤਾਂ ਜਿੱਥੇ ਹਾਂਜੀ ਮੈਂ ਇਹ ਦੇਖਦਾ ਵੀ ਪਹਿਲਾਂ ਤਾਂ ਨਗਰ ਦਾ ਬਹੁਤ ਮੈਂ ਸ਼ੁਕਰਾਨਾ ਕਰਦਾਗਾ ਜਿਹੜੀ ਇਹ ਨਗਰ ਨੇ ਇਸ ਲੜਕੀ ਨੂੰ ਆਪਣਾ ਫਤਵਾ ਦਿੱਤਾਗਾ ਸਾਡੇ ਜਿਹੜਾ ਭਰਾ ਇਹ ਇਹਦੀ ਦਿਨੋ ਇੱਛਾ ਸੀ ਸ਼ੁਰੂ ਤੀ ਵੀ ਮੈਂ ਜਿਹੜੀ ਸਰਪੰਚੀ ਦੀ ਚੋਣ ਇਥੋਂ ਲੜਾਂ ਇਹ ਈਸਾ ਸੀ ਵੀ ਮੈਂ ਆਪਣੀ ਘਰ ਵਾਲੀ ਨੂੰ ਚੋਣ ਲੜਾਵਾ ਪਰ ਉਹ ਚਲੋ ਨਹੀਂ ਰਹੇ ਡੈਥ ਹੋ ਗਈ ਉਹਨਾਂ ਦੀ ਤਾਂ ਇਹਨਾਂ ਨੇ ਆਪਣੀ ਬੇਟੀ ਨੂੰ ਪਿੰਡ ਦਾ ਜਿਹੜਾ ਸਰਪੰਚ ਦੇਖਣਾ ਚਾਹਿਆ ਪਿੰਡ ਨੇ ਇਹਨਾਂ ਨੂੰ ਬਹੁਤ ਵੋਟਾਂ ਨਾਲ ਬਹੁਤ ਵਧੀਆ ਫਤਵੇ ਨਾਲ ਇਹਨਾਂ ਨੂੰ ਜਿੱਤ ਪ੍ਰਾਪਤ ਦਿੱਤੀ ਸਹੀ ਹੈ ਤਾਂ ਜਿਸ ਤਰੀਕੇ ਉਹਨਾਂ ਸੀ ਦੇਖ ਰਿਹਾ ਯੰਗੇਸਟ ਮੁੰਡੇ ਕੁੜੀਆਂ ਅੱਗੇ ਆ ਰਹੇ ਨੇ ਤਾਂ ਲੱਗਦਾ ਇਹ ਕੁੜੀ ਬਣਨੇ ਸਰਪੰਚ ਦਾ ਪਿੰਡ ਦਾ ਬਹੁਤ ਵਿਕਾਸ ਹੋਗਾ ਨਵੀਂ ਤਕਨੀਕੀ ਨੂੰ ਲੈ ਕੇ ਆਉਣਗੇ ਹਾਂਜੀ ਸਾਨੂੰ ਬਹੁਤ ਆਸ ਆ ਗਈ ਮਤਲਬ ਇਹ ਕੁੜੀ ਬੜੀ ਲਿਖੀ ਆ ਅੱਗੇ ਵੀ ਦੀ ਸਟੱਡੀ ਚੱਲ ਰਹੀ ਆਗੀ ਇਹ ਆਪਦੀ ਸਟੱਡੀ ਵੀ ਕਰ ਰਹੀ ਆ ਨਾਲ ਨਾਲ ਪਰ ਇਹਦੇ ਵਿੱਚ ਬਹੁਤ ਜਜ਼ਬਾਗਾ ਵੀ ਮੈਂ ਪਿੰਡ ਹਰਕਿਸ਼ਨਪੁਰਾ ਜਿਹੜਾ ਉਹਨੂੰ ਇੱਕ ਹਰਾ ਹਰਕਿਸ਼ਨਪੁਰਾ ਬਣਾਵਾਂ ਇਹਦੇ ਬਹੁਤ ਮਤਲਬ ਗ੍ਰੀਨਰੀ ਪ੍ਰਤੀ ਬਹੁਤ ਜ਼ਿਆਦਾ ਇਹਨਾਂ ਦਾ ਲਗਾਗਾ ਇਹ ਆਸਤੇ ਪੂਰੇ ਉਤਰਨਗੇ ਪੰਜਾਬ ਭਰ ਦੀ ਗੱਲ ਕਰੀਏ ਦੇਸ਼ ਭਰ ਦੀ ਗੱਲ ਕਰੀਏ ਤਾਂ ਕੁੜੀਆਂ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਨਾਮ ਰੋਸ਼ਨ ਕੀਤਾ ਤਾਂ ਨਵਨੀਤ ਕੌਰ ਵੀ ਇੱਕ ਉਹਨਾਂ ਕੁੜੀਆਂ ਦੀ ਮਿਸਾਲ ਹੈ ਤਾਂ ਅਸੀਂ ਕਹਿ ਸਕਦੇ ਹਾਂ ਵੀ ਪਿੰਡ ਦਾ ਵਿਕਾਸ ਤਾਂ ਹੋਊਗਾ ਪਰ ਬਾਕੀ ਕੁੜੀਆਂ ਲਈ ਇੱਕ ਇਨਸਪਾਇਰ ਵੀ ਬਣਨਗੇ ਤਾਂ ਕੁੜੀਆਂ ਜੋ ਆਪਣੀ ਗੱਲ ਦਿਲ ਅੰਦਰ ਰੱਖ ਲੈਂਦੀਆਂ ਸੀ ਤਾਂ ਉਹਨਾਂ ਲਈ ਵੀ ਇੱਕ ਮਿਸਾਲ ਬਣ ਕੇ ਸਾਹਮਣੇ ਆਉਣਗੇ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਤਾਂ ਜਦ ਇਹ ਕੁੜੀ ਸਰਪੰਚ ਬਣ ਸਕਦੀ ਹੈ ਤਾਂ ਅਸੀਂ ਪਿੱਛੇ ਕਿਉਂ ਤਾਂ ਪਰ ਆਉਣ ਵਾਲੇ ਟਾਈਮ 'ਚ ਨਵਨੀਤ ਦੀਆਂ ਵੀ ਤਸਵੀਰਾਂ ਨੇ ਜਿਹੜੀਆਂ ਤਾਂ ਸਾਂਝੀਆਂ ਕਰਦੇ ਰਹਿਵਾਂਗੇ ਤਾਂ ਸਭ ਤੋਂ ਘੱਟ ਉਮਰ ਦੀ ਸਰਪੰਚ ਬਣ ਕੇ ਤੇ ਪਿੰਡ ਦੇ ਵਿਕਾਸ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਉਨਰਤੀ ਆਉਂਦੀ ਹੈ ਤਾਂ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ